ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਬੱਚਿਓ, ਆਓ ਹੁਣ ਇਸ ਪੌੜੀ ਦੇ ਅਰਥ ਕਰੀਏ। ਪਹਿਲੀ ਤੁਕ ਹੈ ਸੁਣਿਐ ਸਿੱਧ ਪੀਰ ਸੁਰਨਾਥ। ਬੱਚਿਓ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਪੌੜੀ ਦਾ ਜਿਹੜਾ ਪਹਿਲਾ ਸ਼ਬਦ ਹੈ ਨਾ, ਇਸ ਨੂੰ ਅਸੀਂ ਸੁਣੀਐ ਨਹੀਂ ਪੜ੍ਹਨਾ, ਕਿਉਂਕਿ ਬੜੇ ਬੱਚੇ ਇਹ ਗਲਤੀ ਕਰ ਦਿੰਦੇ ਨੇ। ਇਸ ਤਿਆਰੀ ਪਈ ਹੋਈ ਹੈ, ਇਸ ਕਰਕੇ ਇਸ ਦਾ ਪਾਠ ਅਸੀਂ ਕਰਨਾ ਹੈ। ਸੁਣਿਐ, ਸੁਣਿਐ ਸਿੱਧ ਪੀਰ ਸੁਰਨਾਥ। ਹੁਣ ਪਿਛਲੀਆਂ ਪੌੜੀਆਂ ਦੇ ਵਿੱਚ ਅਸੀਂ ਇੱਕ ਚੀਜ਼ ਦੇਖੀ ਸੀ ਕਿ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਸੀ, ਜਿਵੇਂ ਤੀਰਥਨਾਵਾਂ ਵਾਲੀ ਪੌੜੀ ਵਿੱਚ ਅਤੇ ਜੇ ਜੁਗਚਾ ਦੇ ਆਜਾ ਵਿੱਚ, ਜਿਹੜੇ ਜਿਹੜੇ ਸਾਧਨ ਅੱਗੇ ਵਧਦੇ ਜਾਂਦੇ ਸਨ, ਉਹਨਾਂ ਨਾਲ ਸਾਡਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ। ਅਤੇ ਹੁਣ ਸਾਨੂੰ ਇਹਨਾਂ ਅਗਲੀਆਂ ਜਿਹੜੀਆਂ ਚਾਰ ਪੌੜੀਆਂ ਆਉਂਦੀਆਂ ਪਈਆਂ ਨੇ, ਇਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਸੁਨੇਹ ਦੀਆਂ ਪੌੜੀਆਂ। ਇਹਨਾਂ ਚਾਰਾਂ ਦਾ ਇੱਕ ਇੱਕ ਗਰੁੱਪ ਹੈ ਜਿਹਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਪਰਮਾਤਮਾ ਨੂੰ ਜੇ ਅਸੀਂ ਇਸ਼ਨਾਨ ਕਰਨ ਨਾਲ ਨਹੀਂ ਮਿਲ ਸਕਦੇ ਜਾਂ ਵਰਤ ਰੱਖਣ ਨਾਲ ਨਹੀਂ ਮਿਲ ਸਕਦੇ, ਤਾਂ ਫਿਰ ਅਸੀਂ ਕਿਵੇਂ ਮਿਲ ਸਕਦੇ ਹਾਂ। ਸੋ ਪਹਿਲਾ ਸਾਧਨ ਉਹ ਦੱਸਦੇ ਨੇ ਸਾਨੂੰ ਕਿ ਉਸ ਪ੍ਰਭੂ ਦਾ ਨਾਮ ਸੁਣਨ ਨਾਲ, ਉਸ ਪ੍ਰਭੂ ਦੇ ਵਿੱਚ ਆਪਣੀ ਸੁਰਤ ਜੋੜਨ ਦੇ ਨਾਲ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਅਤੇ ਸੁਣਨ ਦਾ ਸਾਨੂੰ ਫਲ ਕੀ ਮਿਲਦਾ ਹੈ, ਕਿਉਂਕਿ ਅੱਗੋਂ ਅਸੀਂ ਦੇਖਦੇ ਪਏ ਹਾਂ ਜਿਹਨਾਂ ਬੱਚਿਆਂ ਨੂੰ ਪਾਠ ਜ਼ਬਾਨੀ ਯਾਦ ਹੈ, ਪਹਿਲਾਂ ਚਾਰ ਪੌੜੀਆਂ ਆਉਂਦੀਆਂ ਨੇ ਸੁਣਿਆ ਦੀਆਂ, ਫਿਰ ਚਾਰ ਪੌੜੀਆਂ ਆਉਂਦੀਆਂ ਨੇ ਮੰਨਿਆ ਦੀਆਂ। ਸੋ ਅਸੀਂ ਹੁਣ ਸਾਨੂੰ ਪਹਿਲੀ ਗੱਲ ਕਹਿੰਦੇ ਨੇ ਕਿ ਪਰਮਾਤਮਾ ਨੂੰ ਅਸੀਂ ਪਹਿਲਾਂ ਮਿਲਣ ਦਾ ਜਿਹੜਾ ਪਹਿਲਾ ਕੰਮ ਕਰਨਾ ਹੈ ਨਾ, ਉਹ ਇਹ ਵੇ ਕਿ ਅਸੀਂ ਪ੍ਰਭੂ ਦਾ ਨਾਮ ਸੁਣਨਾ ਹੈ। ਸੁਣਨ ਦਾ ਮਤਲਬ ਇੱਥੇ ਕੀ ਆ ਜਾਂਦਾ ਹੈ ਕਿ ਅਸੀਂ ਆਪਣੀ ਉਸਦੇ ਸੁਰਤ ਜੋੜਨੀ ਹੈ, ਆਪਣਾ ਧਿਆਨ ਉੱਥੇ ਲਗਾਉਣਾ ਹੈ। ਬੱਚੇ, ਉਹ ਅੰਗਰੇਜ਼ੀ ਦੇ ਵਿੱਚ ਨਾ ਦੋ ਵਰਡਸ ਹੁੰਦੇ ਨੇ, ਇੱਕ ਹੁੰਦਾ ਲਿਸਨਿੰਗ ਅਤੇ ਦੂਜਾ ਹੁੰਦਾ ਹੈ ਹੀਅਰਿੰਗ। ਹੀਅਰਿੰਗ ਹੁੰਦੀ ਹੈ, ਕੰਨ ਜਿਹੜੇ ਨੇ ਨਾ ਇਹ ਸੁਣਨ ਦਾ ਕੰਮ ਕਰਦੇ ਨੇ, ਅਤੇ ਕੰਨਾਂ ਦੇ ਨਾਲ ਅਸੀਂ ਹੀਅਰ ਕਰਦੇ ਹਾਂ, ਸੁਣਦੇ ਹਾਂ, ਆਵਾਜ਼ ਸਾਡੇ ਅੰਦਰ ਜਾਂਦੀ ਹੈ। ਪਰ ਜਿਹੜੀ ਦੂਜੀ ਕਿਰਿਆ ਹੈ ਨਾ ਲਿਸਨਿੰਗ ਦੀ, ਲਿਸਨ ਕਰਨਾ, ਉਹਦੇ ਵਿੱਚ ਸਾਡਾ ਧਿਆਨ, ਉਹਦੇ ਵਿੱਚ ਸਾਡੀ ਸੁਰਤੀ, ਉਹਦੇ ਵਿੱਚ ਸਾਡੀ ਬੁੱਧੀ, ਇਹ ਸਾਰਾ ਕੁਝ ਆ ਜਾਂਦਾ ਹੈ। ਬੜੀ ਵਾਰੀ ਐਸਾ ਹੁੰਦਾ ਹੈ ਜਿਵੇਂ ਅਸੀਂ ਕਿਤੇ ਬੈਠੇ ਹੋਈਏ, ਸਾਡੇ ਕੰਨਾਂ ਦੇ ਵਿੱਚ ਆਵਾਜ਼ ਪਈ ਜਾਂਦੀ ਹੈ। ਕੋਈ ਤੁਸੀਂ ਕਲਾਸ ਵਿੱਚ ਬੈਠੇ ਹੁੰਦੇ ਹੋ, ਬਾਹਰੋਂ ਦੂਜੇ ਸੈਕਸ਼ਨ ਦੇ ਦੂਜੀ ਕਲਾਸ ਦੇ ਬੱਚੇ ਰੌਲਾ ਪਾਉਂਦੇ ਪਏ ਨੇ, ਤੁਹਾਡੇ ਕੰਨਾਂ ਤੱਕ ਆਵਾਜ਼ ਪਹੁੰਚਦੀ ਪਈ ਹੈ, ਦੈਟ ਇਜ਼ ਹੀਅਰਿੰਗ। ਪਰ ਜਦੋਂ ਤੁਸੀਂ ਕਲਾਸ ਵਿੱਚ ਬੈਠੇ ਆਪਣੇ ਟੀਚਰ ਦੁਆਰਾ ਪੜ੍ਹਾਇਆ ਜਾਂਦਾ ਲੈਸਨ ਬੜੇ ਧਿਆਨ ਨਾਲ ਸੁਣਦੇ ਪਏ ਹੋ ਨਾ, ਆਪਣਾ ਪੂਰਾ ਧਿਆਨ ਤੁਹਾਡਾ ਉੱਥੇ ਹੈ ਕਿ ਤੁਹਾਡੇ ਟੀਚਰ ਤੁਹਾਨੂੰ ਸਮਝਾਉਂਦੇ ਕੀ ਪਏ ਨੇ, ਤਾਂ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਲਿਸਨਿੰਗ। ਸੋ ਜਿਹੜੀ ਇੱਥੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਨਾ, ਇਹ ਹੀਅਰਿੰਗ ਦੀ ਨਹੀਂ ਕੀਤੀ, ਬਈ ਅਸੀਂ ਸਾਡੇ ਕੰਨਾਂ ਵਿੱਚ ਤਾਂ ਪਈ ਜਾਵੇ ਕੋਈ ਪਾਠ, ਪਰ ਸਾਡਾ ਧਿਆਨ ਉੱਥੇ ਨਾ ਹੋਵੇ, ਸਾਨੂੰ ਸਮਝ ਨਾ ਆਉਂਦੀ ਪਈ ਹੋਵੇ, ਜਾਂ ਅਸੀਂ ਇਹ ਕਹਿ ਲਈਏ ਕਿ ਅਸੀਂ ਸਮਝਦੇ ਹੀ ਨਾ ਪਏ ਹੋਈਏ, ਸਿਰਫ ਕੰਨਾਂ ਦੇ ਨਾਲ ਸੁਣੀ ਜਾਂਦੇ ਹੋਈਏ, ਉਹ ਗੱਲ ਨਹੀਂ ਕਰਨੀ, ਮੇਰੀ ਹੀਅਰਿੰਗ ਨਹੀਂ ਕਰਨੀ, ਹੀਅਰ ਕਰਨਾ ਵੀ ਕੰਨਾਂ ਦੇ ਰਾਹੀਂ ਸਾਡੇ ਅੰਦਰ ਆਵਾਜ਼ ਜਾਏਗੀ, ਤਾਂ ਹੀ ਅਸੀਂ ਅੱਗੋਂ ਲਿਸਨਿੰਗ ਵਾਲੀ ਗੱਲ 'ਤੇ ਪਹੁੰਚ ਸਕਾਂਗੇ। ਸੋ ਗੁਰੂ ਸਾਹਿਬ ਸਾਨੂੰ ਇੱਥੇ ਕਹਿੰਦੇ ਪਏ ਨੇ ਸੁਣਿਐ, ਪਰਮਾਤਮਾ ਦੇ ਵਿੱਚ ਆਪਣੀ ਸੁਰਤ ਜੋੜਨ ਨਾਲ। ਉਹ ਕਹਿੰਦੇ ਨੇ ਇਹਦਾ ਫਿਰ ਕੀ ਫਾਇਦਾ ਹੁੰਦਾ ਹੈ, ਚਾਰ ਵਰਡਸ ਸਾਨੂੰ ਅੱਗੋਂ ਦੱਸੇ ਗਏ ਨੇ, ਪਹਿਲਾ ਵੇ ਸਿੱਧ, ਫਿਰ ਦੂਜਾ ਪੀਰ, ਸੁਰ ਤੇ ਨਾਥ। ਹੁਣ ਇਹ ਕੀ ਹੁੰਦੇ ਨੇ? ਸਿੱਧ ਹੁੰਦਾ ਵੇ ਜਿਹਨੇ ਬੜੀ ਭਗਤੀ ਕੀਤੀ ਹੋਵੇ,
ਤੇ ਉਹਦੇ ਅੰਦਰ ਇੱਕ ਫੇਰ ਕੀ ਆ ਜਾਂਦਾ ਹੈ, ਸਿੱਧੀ ਉਹ ਵਾਪਸ ਕਰ ਲੈਂਦੇ ਆ, ਉਹਦੇ ਅੰਦਰ ਇੱਕ ਅਲੌਕਿਕ ਸ਼ਕਤੀ ਆ ਜਾਂਦੀ ਹੈ ਜਿਹਦਾ ਸੰਬੰਧ ਕਰਾਮਾਤਾਂ ਨਾਲ ਵੀ ਹੁੰਦਾ ਹੈ। ਗੁਰੂ ਸਾਹਿਬ ਵੀ ਸਿੱਧਾਂ ਕੋਲ ਜਾਂਦੇ ਰਹੇ ਨੇ, ਜਿਹੜੇ ਕਿ ਗੁਰੂ ਨਾਨਕ ਦੇਵ ਜੀ, ਜਿਹੜੇ ਕਿ ਫਿਰ ਉਹ ਸਿੱਧ ਆਪਣੀਆਂ ਕਰਾਮਾਤੀ ਸ਼ਕਤੀਆਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਉਲਝਾਉਣਾ ਚਾਹੁੰਦੇ ਸਨ, ਪਰ ਗੁਰੂ ਜੀ ਨੇ ਸਮਝਾਇਆ ਰਿੱਧ ਸਿੱਧ ਅਵਰਾ ਸਾਧ। 18 ਸਿੱਧੀਆਂ, 18 ਤਰ੍ਹਾਂ ਦੀਆਂ ਕਰਾਮਾਤਾਂ ਜਿਹੜੀਆਂ ਨੇ ਉਹ ਸਿੱਧਾਂ ਦੀਆਂ ਕਿੰਨੀਆਂ ਜਾਂਦੀਆਂ ਨੇ ਹੁਣ। ਪਰ ਇਹ ਇੱਥੇ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਜੇ ਅਸੀਂ ਸਿੱਧ ਬਣ, ਲੋਕੀ ਬੜੇ ਇੰਪ੍ਰੈਸ ਹੋ ਜਾਂਦੇ ਸਨ ਸਿੱਧਾਂ ਤੋਂ, ਕਿਉਂਕਿ ਉਹਨਾਂ ਨੇ ਬੜੀ ਆਪਣੇ ਸਾਰੀਆਂ ਕਰਾਮਾਤਾਂ ਅਲੌਕਿਕ ਸ਼ਕਤੀਆਂ ਦਿਖਾ ਦਿਖਾ ਕੇ ਲੋਕਾਂ ਨੂੰ ਆਪਣੇ ਵੱਲ ਕਰ ਲੈਣਾ। ਪਰ ਗੁਰੂ ਸਾਹਿਬ ਨੇ ਇਹਦੇ ਖਿਲਾਫ ਆਵਾਜ਼ ਉਠਾਈ ਹੈ। ਪਰ ਗੁਰੂ ਸਾਹਿਬ ਇੱਥੇ ਸਾਨੂੰ ਕਿਉਂ ਕਹਿੰਦੇ ਪਏ ਨੇ ਕਿ ਸੁਣਨ ਨਾਲ ਕੋਈ ਮਨੁੱਖ ਸਿੱਧ ਬਣ ਜਾਂਦਾ ਹੈ? ਹੁਣ ਉਹ ਸਿੱਧ ਬਣਨ ਦਾ ਕੀ ਮਤਲਬ ਆ ਜਾਂਦਾ ਵੇ ਕਿ ਉਸ ਦੇ ਉਸ ਨੂੰ ਅਲੌਕਿਕ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਪਰਮਾਤਮਾ ਦਾ ਨਾਮ ਸੁਣਨ ਨਾਲ। ਅਲੌਕਿਕ ਸ਼ਕਤੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ ਤੇ ਮਨੁੱਖ ਸਿੱਧ ਬਣ ਜਾਂਦਾ ਹੈ, ਪਰ ਇਹ ਕਰਾਮਾਤੀ ਸ਼ਕਤੀਆਂ ਤੇ ਮਨੁੱਖ ਦੇ ਵਿੱਚ ਆ ਜਾਂਦੀਆਂ ਨੇ, ਪਰ ਮਨੁੱਖ ਨੇ ਇਹਨਾਂ ਕਰਾਮਾਤੀ ਸ਼ਕਤੀਆਂ ਦੇ ਵਿੱਚ ਉਲਝਣਾ ਨਹੀਂ। ਮਤਲਬ ਇਹ ਲੋਕਾਂ ਨੂੰ ਸਮਝਾਉਣ ਵਾਸਤੇ ਕਿਹਾ ਸੀ, ਕਿਉਂਕਿ ਲੋਕੀ ਜਿਹੜੇ ਨੇ ਨਾ ਉਹ ਸਿੱਧਾਂ ਵੱਲ ਅਟਰੈਕਟ ਹੋ ਜਾਂਦੇ ਸਨ, ਤੇ ਗੁਰੂ ਸਾਹਿਬ ਨੇ ਕਿਹਾ ਕਿ ਸਿੱਧ ਬਣਨਾ ਕੋਈ ਔਖਾ ਨਹੀਂ, ਤੁਸੀਂ ਵੀ ਬਣ ਸਕਦੇ ਹੋ, ਪਰ ਬਣੋਗੇ ਕਿਵੇਂ? ਪਰਮਾਤਮਾ ਦਾ ਨਾਮ ਸੁਣਨ ਨਾਲ, ਪਰਮਾਤਮਾ ਵਿੱਚ ਆਪਣੀ ਸੁਰਤੀ ਜੋੜਨ ਨਾਲ। ਸੋ ਸੁਣਿਆ ਸਿੱਧ, ਅਗਲਾ ਸ਼ਬਦ ਕਿਹੜਾ ਹੈ? ਪੀਰ। ਮੁਸਲਮਾਨਾਂ ਦੇ ਵਿੱਚ, ਇਸਲਾਮ ਧਰਮ ਦੇ ਵਿੱਚ ਜਿਹੜਾ ਬੜਾ ਪਾਠ ਪੂਜਾ ਕਰਕੇ ਕੋਈ ਪਹੁੰਚਿਆ ਹੋਇਆ ਫਕੀਰ ਹੁੰਦਾ ਹੈ ਨਾ, ਉਹਨੂੰ ਪੀਰ ਕਹਿ ਦਿੰਦੇ ਨੇ। ਤੇ ਸੁਰ, ਸੁਰ ਦਾ ਅਰਥ ਹੁੰਦਾ ਵੇ ਦੇਵਤਾ। ਹਿੰਦੂ ਧਰਮ ਦੇ ਵਿੱਚ ਅਸੀਂ ਦੇਖਦੇ ਹਾਂ, ਜਦੋਂ ਸ਼ੁਰੂ ਹੀ ਆਪਾਂ ਕੀਤਾ ਸੀ ਇੱਕਿਓਂ ਓਅੰਕਾਰ, ਤੇ ਉੱਥੇ ਅਸੀਂ ਕੀ ਕਿਹਾ ਸੀਗਾ ਕਿ ਜਿਹੜੇ ਹਿੰਦੂਇਜ਼ਮ ਦੇ ਵਿੱਚ ਤਿੰਨ ਮੁੱਖ ਦੇਵਤੇ ਮੰਨੇ ਜਾਂਦੇ ਨੇ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਜੀ, ਹੈ ਨਾ। ਸੋ ਇਹ ਜਿਹੜੇ ਦੇਵਤੇ ਨੇ, ਇਹ ਦੇਵਤੇ ਐਕਚੁਅਲੀ ਕੋਈ ਅਲੱਗ ਚੀਜ਼ ਨਹੀਂ ਹੁੰਦੇ। ਜਿਹਨੂੰ ਕੋਈ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਹੜੇ ਪ੍ਰਭੂ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਵਾਲੇ ਬਣ ਜਾਂਦੇ ਨੇ, ਪਰ ਉਹ ਰਹਿੰਦੇ ਪਰਮਾਤਮਾ ਦੇ ਅਧੀਨ ਹੀ ਨੇ, ਉਹਨਾਂ ਵਿੱਚ ਆਪਣੇ ਆਪ ਵਿੱਚ ਕੋਈ ਵੀ ਤਾਕਤ ਨਹੀਂ ਹੁੰਦੀ, ਉਹਨਾਂ ਨੂੰ ਕਹਿ ਦਿੰਦੇ ਨੇ ਸੁਰ। ਸਿੱਧ ਜਿਹੜੇ ਕਿ ਬੜੀ ਭਗਤੀ ਕਰਕੇ ਤੇ ਆਪਣੇ ਆਪ ਨੂੰ ਉਹ ਸਿੱਧੀਆਂ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਨੂੰ ਸਿੱਧ ਕਹਿ ਦਿੰਦੇ ਨੇ। ਪੀਰ ਮੁਸਲਮਾਨਾਂ ਦੇ ਫਕੀਰਾਂ ਨੂੰ ਕਹਿ ਦਿੰਦੇ ਨੇ, ਉੱਚੀ ਆਤਮਕ ਅਵਸਥਾ ਵਾਲੇ ਨੂੰ, ਜਾਂ ਕਹਿ ਲਓ ਕਿ ਇਸਲਾਮ ਧਰਮ ਵਿੱਚ ਭਗਤਾਂ ਨੂੰ ਪੀਰ ਕਿਹਾ ਜਾਂਦਾ ਵੇ। ਸੁਰ ਆ ਗਿਆ ਹਿੰਦੂਇਜ਼ਮ ਦੇ ਵਿੱਚ, ਉਹ ਦੇਵਤੇ ਜਿਹੜੇ ਕਿ ਉੱਚੀ ਆਤਮਕ ਅਵਸਥਾ ਵਾਲੇ ਗਿਣੇ ਜਾਂਦੇ ਨੇ। ਤੇ ਨਾਥ ਆ ਜਾਂਦਾ ਹੈ ਜਿਹੜੇ ਜੋਗੀਆਂ ਦੇ ਦੇ ਜਿਹੜੇ ਲੀਡਰ ਹੁੰਦੇ ਨੇ, ਜਿਹੜੇ ਵੱਡੇ ਹੁੰਦੇ ਨੇ, ਜਿਨ੍ਹਾਂ ਨੇ ਯੋਗ ਮਤ ਧਾਰਨ ਕਰਕੇ ਫਿਰ ਅੱਗੋਂ ਯੋਗ ਮਤ ਦਾ ਪ੍ਰਚਾਰ ਕਰਦੇ ਨੇ। ਕਿਉਂਕਿ ਉਸ ਵੇਲੇ ਗੁਰੂ ਸਾਹਿਬ ਦੇ ਟਾਈਮ ਉੱਤੇ ਸਿੱਧ ਸਮਾਜ ਉੱਤੇ ਬਹੁਤ ਵੱਡਾ ਪ੍ਰਭਾਵ ਰੱਖਦੇ ਸਨ। ਪੀਰ, ਦੇਵਤੇ, ਨਾਥ, ਯਾਨੀ ਜੋਗੀ, ਸਿੱਧ, ਇਸਲਾਮ ਧਰਮ ਦੇ ਪੀਰ ਤੇ ਹਿੰਦੂਆਂ ਦੇ ਦੇਵਤੇ, ਇਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਸਮਾਜ ਉੱਤੇ। ਤੇ ਗੁਰੂ ਸਾਹਿਬ ਨੇ ਆਮ ਲੋਕਾਂ ਨੂੰ ਸਮਝਾਇਆ ਕਿ ਹੇ ਦੁਨੀਆਂ ਦੇ ਲੋਕੋ, ਸਿੱਧ ਪੀਰ ਬਣਨਾ ਕੋਈ ਔਖਾ ਨਹੀਂ, ਜੇ ਅਸੀਂ ਆਪਣੀ ਸੁਰਤੀ ਦ੍ਰਿਸ਼ਟੀ ਜੋੜ ਕੇ ਉਸ ਪ੍ਰਭੂ ਦਾ ਨਾਮ ਜਪਾਂਗੇ ਤਾਂ ਅਸੀਂ ਵੀ ਬਣ ਸਕਦੇ ਹਾਂ। ਹੁਣ ਇਹ ਕਾਹਦੇ ਲਈ ਸਾਨੂੰ ਗੁਰੂ ਸਾਹਿਬ ਨੇ ਕਿਹਾ? ਗੁਰੂ ਸਾਹਿਬ ਨੇ ਇਸ ਲਈ ਕਿਹਾ ਕਿ ਤੁਹਾਨੂੰ ਇਹਨਾਂ ਦੇ ਪਿੱਛੇ ਜਾਣ ਦੀ ਲੋੜ ਕੋਈ ਨਹੀਂ, ਤੁਸੀਂ ਪ੍ਰਭੂ ਵਿੱਚ ਆਪਣੀ ਦ੍ਰਿਸ਼ਟੀ ਜੋੜੋ। ਕਿਉਂਕਿ ਨਾ ਹੀ ਸੁਣਿਆ, ਗੁਰੂ ਸਾਹਿਬ ਨੇ ਗੁਰਬਾਣੀ ਸਾਨੂੰ ਕੀ ਸਮਝਾਇਆ ਹੋਇਆ ਕਿ ਨਾ ਹੀ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਮਤਲਬ ਅਸੀਂ ਇੱਕ ਕੰਮ ਕਰਨਾ ਵੇ ਕਿ ਅਸੀਂ ਨਾਮ ਸੁਣਨਾ ਹੈ, ਬਾਕੀ ਸਾਰੀਆਂ ਚੀਜ਼ਾਂ ਆਪੇ ਸਾਡੇ ਪਿੱਛੇ ਪੂਰੀਆਂ ਆਉਣਗੀਆਂ, ਇਸ ਕਰਕੇ ਸਾਨੂੰ ਉਹਨਾਂ ਦੇ ਪਿੱਛੇ ਦੌੜਨ ਦੀ ਜ਼ਰੂਰਤ ਨਹੀਂ ਹੈ। ਸੋ ਇਹ ਸੀ ਪਹਿਲੀ ਤੁਕ, ਸੁਣਿਆ ਸਿੱਧ ਪੀਰ ਸੁਰ ਨਾਥ, ਸੁਣਿਆ ਧਰਤ ਧਵਲ ਆਕਾਸ਼।
ਹੁਣ ਇਹਦੇ ਵਿੱਚ ਕੀ ਏ ਕਿ ਨਾਮ ਸੁਣਨ ਨਾਲ ਕੀ ਹੋ ਜਾਂਦਾ ਏ, ਧਰਤ ਧਵਲ, ਧਵਲ ਕਹਿੰਦੇ ਨੇ ਚਿੱਟੇ ਬਲਦ ਨੂੰ, ਬੈਲ ਜਿੰਨੇ ਕਿ ਇਸ ਧਰਤੀ ਨੂੰ ਆਪਣੇ ਸਿੰਘਾਂ ਉੱਤੇ ਚੜਿਆ ਰੱਖਿਆ ਹੋਇਆ ਦੱਸਦੇ ਨੇ। ਯਾਨੀ ਸਾਡੀ ਮਾਇਥੋਲੋਜੀ ਦੇ ਵਿੱਚ ਅਸੀਂ ਇੱਕ ਚੀਜ਼ ਇਮੈਜਿਨ ਕੀਤੀ ਹੋਈ ਹੈ ਨਹੀਂ, ਇਹ ਸਾਡੇ ਇੱਕ ਗੱਲ ਪ੍ਰਚਲਿਤ ਹੋ ਗਈ ਹੋਈ ਹੈ ਕਿ ਸਾਡੀ ਧਰਤੀ ਨੂੰ ਕਿੰਨੇ ਚੱਲੇ ਚੁੱਕਿਆ ਹੋਇਆ ਵੇ, ਸਾਡੀ ਧਰਤੀ ਨੂੰ ਉਹ ਕਹਿੰਦੇ ਨੇ ਕਿ ਚੁੱਕਿਆ ਹੋਇਆ ਕਿਸੇ ਚਿੱਟੇ ਬਲਦ ਨੇ, ਕਿਹਦੇ 'ਤੇ ਚੁੱਕਿਆ ਹੋਇਆ ਹੈ, ਆਪਣੇ ਸਿੰਘਾਂ ਉੱਤੇ। ਅਤੇ ਜਦੋਂ ਆਪਣਾ ਇੱਕ ਸਿੰਘ ਉੱਤੇ ਚੁੱਕਿਆ ਹੁੰਦਾ ਵੇ, ਜਦੋਂ ਉਹ ਸਿੰਘ ਥੱਕ ਜਾਂਦਾ ਵੇ, ਫਿਰ ਉਹ ਦੂਜੇ ਸਿੰਘ ਉੱਤੇ ਧਰਤੀ ਨੂੰ ਕਰਦਾ ਉਹ ਬਲਦ, ਤਾਂ ਹੀ ਭੁਚਾਲ ਆਉਂਦੇ ਨੇ। ਮਤਲਬ ਇਹ ਗੱਲ ਐਵੇਂ ਇਮੈਜਿਨ ਕੀਤੀ, ਐਸਾ ਹੈ ਨਹੀਂ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਵੇਲੇ ਕੋਈ ਮਨੁੱਖ ਪ੍ਰਭੂ ਦਾ ਨਾਮ ਸੁਣ ਲੈਂਦਾ ਹੈ ਧਿਆਨ ਨਾਲ ਲਗਾ ਕੇ, ਮੈਂ ਬਾਰ ਬਾਰ ਇਸ ਗੱਲ ਉੱਤੇ ਜ਼ੋਰ ਪਾਉਂਦੀ ਪਈ ਹਾਂ ਕਿ ਸੁਰਤੀ ਦ੍ਰਿਸ਼ਟੀ ਜੋੜ ਕੇ ਪੂਰਾ ਧਿਆਨ ਨਾਮ ਜਪਣ ਵਾਲੇ ਪਾਸੇ ਹੋਵੇ, ਪ੍ਰਭੂ ਵੱਲ ਹੋਵੇ, ਹੋਰ ਕਿਸੇ ਪਾਸੇ ਨਹੀਂ, ਤਾਂ ਉਸ ਵੇਲੇ ਇਸ ਗੱਲ ਦੀ ਸੋਚੀ ਆ ਜਾਂਦੀ ਹੈ ਕਿ ਧਰਤੀ ਅਤੇ ਆਕਾਸ਼ ਕਿਹਦੇ ਸਹਾਰੇ ਖੜ੍ਹੇ ਹਨ। ਅੱਗੋਂ ਜਾ ਕੇ ਸਾਨੂੰ ਗੁਰੂ ਸਾਹਿਬ ਸਮਝਾਉਣਗੇ 20ਵੀਂ ਪੌੜੀ ਵਿੱਚ ਕਿ ਧਰਤੀ ਦੇ ਥੱਲੇ ਜਿਹੜਾ ਬਲਦ ਹੈ ਨਾ, ਉਹ ਧਰਮ ਦਾ ਹੈ। ਇਹ ਆਪਾਂ ਅੱਗੇ ਜਾ ਕੇ ਪੜ੍ਹਾਂਗੇ। ਹੁਣ ਅਸੀਂ ਦੋ ਹੀ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਪਈਆਂ ਨੇ ਇੱਥੇ, ਇੱਕ ਧਰਤੀ ਅਤੇ ਇੱਕ ਆਕਾਸ਼। ਧਰਤੀ ਕਿਤੇ ਸਹਾਰੇ ਖੜੀ ਹੈ, ਸਾਨੂੰ ਇਹਨਾਂ ਗੱਲਾਂ ਦੀ ਵੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਅਤੇ ਆਕਾਸ਼ ਤੁਸੀਂ ਦੇਖਦੇ ਹੋ ਨਾ, ਆਕਾਸ਼ ਜਿਹੜਾ ਉਹ ਬਿਨਾਂ ਉਹਨੂੰ ਕੋਈ ਸਪੋਰਟ ਨਹੀਂ ਹੈਗੀ, ਧਰਤੀ ਦੇ ਉੱਪਰ ਸਾਨੂੰ ਨੀਲਾ ਗਗਨ ਨਜ਼ਰ ਆਉਂਦਾ ਪਿਆ ਹੈ। ਬਿਨ ਥੰਮਾ ਗਗਨ ਰਹਾਇਆ, ਪਰਮਾਤਮਾ ਨੇ ਬਿਨਾਂ ਥੰਮਾ ਤੋਂ ਹੀ, ਆਪਾਂ ਇੱਕ ਛੋਟੀ ਜਿਹੀ ਛੱਤ ਪਾਣੀ ਹੋਵੇ ਨਾ, ਅਤੇ ਪਹਿਲਾਂ ਪਿੱਲਰਸ ਖੜ੍ਹੇ ਕਰਦੇ ਹਾਂ। ਜਿਹੜੇ ਕਮਰੇ ਵਿੱਚ ਆਪਾਂ ਬੈਠੇ ਹੋਏ ਹਾਂ, ਇਸ ਕਮਰੇ ਦੀ ਛੱਤ ਜਿਹੜੀ ਉਹ ਦੀਵਾਰਾਂ ਦੇ ਸਹਾਰੇ, ਕੰਧਾਂ ਦੇ ਸਹਾਰੇ ਖੜ੍ਹੀ ਹੋਈ ਹੈ। ਹੁਣ ਇੱਕ ਛੋਟੀ ਜਿਹੀ ਛੱਤ ਪਾਉਣ ਲਈ ਸਾਨੂੰ ਚਾਰੇ ਪਾਸੇ ਪਿੱਲਰਸ ਜਾਂ ਛੱਤਾਂ ਬਣਾ, ਦੀਵਾਰਾਂ ਜਿਹੜੀਆਂ ਨੇ ਉਹ ਸਾਨੂੰ ਬਣਾਉਣੀਆਂ ਪੈਂਦੀਆਂ ਨੇ। ਪਰ ਉਹ ਪਰਮਾਤਮਾ ਕਿੰਨਾ ਸ਼ਕਤੀਮਾਨ ਹੈ ਕਿ ਉਸਨੇ ਇੰਨੀ ਵੱਡੀ ਧਰਤੀ ਨੂੰ ਅਤੇ ਇੰਨੇ ਵੱਡੇ ਆਕਾਸ਼ ਨੂੰ ਕਿਵੇਂ ਖੜ੍ਹਾ ਕੀਤਾ ਹੋਇਆ ਹੈ, ਇਸ ਗੱਲ ਦੀ ਸੋਝੀ ਕਿਹਨੂੰ ਆ ਜਾਂਦੀ, ਇਸ ਗੱਲ ਦੀ ਸਮਝ ਕਿਹਨੂੰ ਲੱਗ ਜਾਂਦੀ, ਜਾਂ ਇਸ ਗੱਲ ਦਾ ਪਤਾ ਕਿਹਨੂੰ ਲੱਗ ਜਾਂਦਾ, ਜਿਹੜਾ ਉਸ ਅਕਾਲ ਪੁਰਖ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ। ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ। ਹੁਣ ਸੁਣਨ ਦਾ, ਨਾਮ ਸੁਣਨ ਦਾ ਹੋਰ ਕੀ ਸਾਨੂੰ ਫਾਇਦਾ ਹੁੰਦਾ ਵੇ, ਜਾਂ ਕਹਿ ਲਓ ਕਿ ਸਾਨੂੰ ਕਿਹੜੀ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਨੂੰ ਇਹ ਪਤਾ ਲੱਗ ਜਾਂਦਾ ਵੇ ਕਿ ਦੀਪ, ਦੀਪ ਕਹਿੰਦੇ ਨੇ ਟਾਪੂ ਨੂੰ, ਆਈਲੈਂਡ ਨੂੰ, ਜਿਵੇਂ ਦੇਸ਼ ਹੈਗੇ ਨੇ ਨਾ ਛੋਟੇ ਛੋਟੇ ਆਈਲੈਂਡ, ਜਿਹਦੇ ਆਸੇ ਪਾਸੇ ਸਾਰਾ ਪਾਣੀ ਹੋਵੇ ਅਤੇ ਵਿਚਕਾਰ ਧਰਤੀ ਹੋਵੇ, ਆਈਲੈਂਡ, ਟਾਪੂ, ਨਿਊਜ਼ੀਲੈਂਡ, ਜਾਵਾ, ਮਾਲਟਾ, ਇਹ ਸਾਰੇ ਕੀ ਨੇ, ਇਹ ਆਈਲੈਂਡ ਨੇ ਜਿੱਥੇ ਉਹਨਾਂ ਦੇ ਆਸੇ ਪਾਸੇ ਕੀ ਹੈ, ਸਾਰਾ ਪਾਣੀ ਹੀ ਪਾਣੀ ਹੈ। ਸੋ ਨਾਮ ਸੁਣਨ ਦੇ ਨਾਲ ਦੀਪਾਂ ਦਾ ਲੋ, ਲੋ ਕਹਿ ਦਿੰਦੇ ਨੇ ਪੁਰੀ ਨੂੰ, ਸਵਰਗ ਪੁਰੀ ਨੂੰ, ਦੇਵਪੁਰੀ ਨੂੰ, ਦੇਵ ਲੋਕ ਨੂੰ, ਯਾਨੀ ਉੱਪਰਲੇ ਦੇ ਸਵਰਗਪੁਰੀ ਉੱਪਰ, ਜਿਵੇਂ ਆਮ ਅਸੀਂ ਇਮੈਜਿਨ ਕੀਤਾ ਹੋਇਆ ਵੇ। ਅਤੇ ਪਾਤਾਲ ਕੀ ਹੈ, ਧਰਤੀ ਦਾ ਹੇਠਲਾ ਹਿੱਸਾ। ਹੁਣ ਇਹ ਤਿੰਨ ਚੀਜ਼ਾਂ ਕਿ ਧਰਤੀ ਜਿਹੜਾ ਟਾਪੂ ਨੇ ਉਹ ਜ਼ਮੀਨ ਹੈ, ਅਤੇ ਲੋ ਸਵਰਗਪੁਰੀ, ਦੇਵ ਲੋਕ, ਪਾਤਾਲ ਧਰਤੀ, ਯਾਨੀ ਧਰਤੀ ਦੇ ਉੱਪਰਲੇ ਹਿੱਸੇ ਦਾ ਵੀ ਪਤਾ ਲੱਗ ਜਾਂਦਾ ਅਤੇ ਥੱਲੇ ਦਾ ਵੀ। ਲੋਕ ਆਮ ਕਰਕੇ ਲੋਕ ਵਾਸਤੇ ਵੀ ਵਰਤ ਲਿਆ ਜਾਂਦਾ ਹੈ, ਅਤੇ ਤਿੰਨ ਲੋਕ ਸਮਝੇ ਜਾਂਦੇ ਨੇ, ਇੱਕ ਧਰਤੀ, ਇੱਕ ਆਕਾਸ਼ ਅਤੇ ਇੱਕ ਪਾਤਾਲ। ਦੀਪ ਸਮਝ ਲਵੋ ਕਿ ਧਰਤੀ ਦਾ ਸਾਨੂੰ ਪਤਾ ਲੱਗ ਗਿਆ, ਲੋਹ ਹੋ ਗਿਆ ਕਿ ਸਾਨੂੰ ਉੱਪਰਲੇ ਆਕਾਸ਼ ਦਾ ਪਤਾ ਲੱਗ ਗਿਆ, ਅਤੇ ਪਾਤਾਲ ਹੋ ਗਿਆ ਧਰਤੀ ਦਾ ਹੇਠਲਾ ਹਿੱਸਾ। ਨਾਮ ਸੁਣਨ ਨਾਲ ਸਾਨੂੰ ਇਹਨਾਂ ਵੀ ਚੀਜ਼ਾਂ ਦਾ ਪਤਾ ਲੱਗ ਜਾਂਦਾ ਵੇ ਕਿ ਧਰਤ, ਆਕਾਸ਼, ਪਾਤਾਲ ਜਿਹੜੇ ਨੇ ਉਹ ਕਿਸ ਤਰ੍ਹਾਂ ਪਰਮਾਤਮਾ ਨੇ ਖੜੇ ਕੀਤੇ ਹੋਏ ਹਨ। ਸੁਣਿਆ ਪੋ ਨਾ ਸਕੈ ਕਾਲ, ਪੋ ਨਾ ਸਕੈ ਦਾ ਮਤਲਬ ਕੀ ਹੈ, ਹੁੰਦਾ ਨਹੀਂ, ਵਿਆਪਦਾ ਨਹੀਂ। ਕਾਲ ਦਾ ਮਤਲਬ ਕੀ ਹੈ, ਮੌਤ। ਬਈ ਜਿਹੜਾ ਨਾਮ ਸੁਣਦਾ ਹੈ ਨਾ, ਉਹਨੂੰ ਮੌਤ ਨਹੀਂ ਆਉਂਦੀ। ਹੁਣ ਮੌਤ ਨਾ ਆਉਣ ਦਾ ਮਤਲਬ ਕੀ ਹੈ, ਇਹ ਨਹੀਂ ਹੈ ਕਿ ਉਹ ਮਰਦਾ ਨਹੀਂ, ਉਹਦੇ ਸਰੀਰ ਨੇ ਤਾਂ ਮਰਨਾ ਹੀ ਹੁੰਦਾ ਵੇ, ਪਰ ਉਸਨੂੰ ਆਤਮਕ ਤੌਰ 'ਤੇ ਮੌਤ ਨਹੀਂ ਆਉਂਦੀ। ਉਹ ਆਤਮਕ ਤੌਰ 'ਤੇ ਮਰਦਾ ਨਹੀਂ, ਕਿਉਂਕਿ ਜਮਦੂਤ
ਜਮ ਜਿਹੜੇ ਕਿ ਮਾੜੇ ਕਰਨ ਵਾਲੇ ਕਰਮ ਕੰਮ ਕਰਨ ਵਾਲੇ ਹੁੰਦੇ ਨਾ, ਆਮ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਜਮ ਲੈਣ ਦੇ ਲਈ ਆਉਂਦੇ ਨੇ। ਜਿਹੜੇ ਨਾਮ ਜਪਣ ਵਾਲੇ ਨਾ, ਉਹਨਾਂ ਨੂੰ ਲੈਣ ਲਈ ਫਿਰ ਜਮ ਨਹੀਂ ਆਉਂਦੇ। ਨਾਮ ਸੁਣਤ ਜਮ ਦੂਰੋਂ ਭਾਗੈ, ਨਾਮ ਸੁਣਨ ਦੇ ਨਾਲ ਜਮ ਦੂਰੋਂ ਹੀ ਦੌੜ ਜਾਂਦੇ ਨੇ, ਕਿਉਂਕਿ ਜਿੱਥੇ ਨਾਮ ਦਾ ਵਾਸਤਾ ਹੁੰਦਾ ਵੇ ਨਾ, ਉੱਥੇ ਫਿਰ ਜਮ ਨਹੀਂ ਆ ਸਕਦੇ। ਉੱਥੇ ਮਨੁੱਖ ਦੀ ਮੌਤ ਤਾਂ ਹੁੰਦੀ ਹੈ ਸਰੀਰ ਤੋਂ ਤਾਂ, ਕਿਉਂਕਿ ਜਿਹੜੀ ਚੀਜ਼ ਬਣੀ ਹੈ ਨਾ ਬੱਚੇ, ਉਹਨੇ ਇੱਕ ਦਿਨ ਖਤਮ ਹੋਣਾ ਹੀ ਹੈ। ਸਾਡਾ ਸਰੀਰ ਬਣਿਆ ਵੇ, ਸਾਡੇ ਸਰੀਰ ਨੇ ਇੱਕ ਦਿਨ ਖਤਮ ਹੋਣਾ ਹੀ ਹੋਣਾ ਵੇ, ਇਹਨੂੰ ਸਰੀਰਕ ਤੌਰ ਤੇ ਮੌਤ ਆਣੀ ਆਣੀ ਹੈ। ਪਰ ਜਿਹੜਾ ਮਨੁੱਖ ਅਕਾਲ ਪੁਰਖ ਵਿੱਚ ਪਰਮਾਤਮਾ ਵਿੱਚ ਆਪਣੀ ਸੇਤੀ ਜੋੜ ਲੈਂਦਾ ਹੈ, ਉਸ ਨੂੰ ਫਿਰ ਮੌਤ ਨਹੀਂ ਵਿਆਪਦੀ, ਆਤਮਕ ਮੌਤ ਨਹੀਂ ਵਿਆਪਦੀ। ਉਹਨੇ ਭਗਤਾਂ ਨੂੰ ਜਮ ਜੋ ਨਾ ਸਕਿਆ, ਭਗਤਾਂ ਨੂੰ ਦੇ ਨੇੜੇ ਜਮ ਨਹੀਂ ਆਉਂਦੇ, ਨਾ ਹੀ ਕਾਲ ਨਾ ਨੇੜੇ ਜਾਈ, ਉਹਨਾਂ ਦੇ ਨੇੜੇ ਮੌਤ ਵੀ ਨਹੀਂ ਆਉਂਦੀ। ਸੋ ਇਸ ਤੁਕ ਦੇ ਵਿੱਚ ਸਾਨੂੰ ਕਹਿੰਦੇ ਨੇ ਕਿ ਪ੍ਰਭੂ ਦੇ ਨਾਮ ਸੁਣਨ ਦੇ ਨਾਲ ਕੀ ਹੋ ਜਾਂਦਾ ਏ ਕਿ ਮਨੁੱਖ ਆਤਮਕ ਤੌਰ ਤੇ ਕਦੀ ਵੀ ਨਹੀਂ ਮਰਦਾ। ਆਤਮਕ ਤੌਰ ਤੇ ਨਾ ਮਰਨ ਦਾ ਮਤਲਬ ਕੀ ਏ ਕਿ ਉਸ ਦੀ ਸੁਰਤੀ ਹਮੇਸ਼ਾ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ, ਉਹਦੀ ਆਤਮਾ ਹਮੇਸ਼ਾ ਪਰਮ ਆਤਮਾ ਦੇ ਨਾਲ ਜੁੜੀ ਰਹਿੰਦੀ ਏ। ਤੁਸੀਂ ਦੇਖਦੇ ਹੋ ਕਿ ਇੰਨੇ ਇੰਨੇ ਵੱਡੇ ਸ਼ਹੀਦ ਹੋਏ ਨੇ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਭਾਈ ਸਾਧੂ ਸਿੰਘ ਜੀ ਦੀ ਖੋਪੜੀ ਲਾ ਦਿੱਤੀ ਗਈ, ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟ ਦਿੱਤਾ ਗਿਆ, ਸਰੀਰ ਤਾਂ ਉਹਨਾਂ ਦੇ ਖਤਮ ਹੋ ਗਏ, ਪਰ ਉਹਨਾਂ ਦਾ ਜੀ ਆਤਮਾ ਜੁੜੀ ਹੋਈ ਕਿਹਦੇ ਨਾਲ ਸੀ? ਬਾਣੀ ਦੇ ਰਾਹੀਂ ਕਿਹਦੇ ਨਾਲ ਜੁੜੀ ਹੋਈ ਸੀ? ਗੁਰੂ ਜੀ ਨਾਲ, ਉਸ ਪ੍ਰਭੂ ਦੇ ਨਾਲ ਜੁੜੀ ਹੋਈ ਸੀ। ਤੇ ਇਸੇ ਕਰਕੇ ਕਈ ਵਾਰੀ ਬੱਚੇ ਨਾ ਇਹ ਕੁਸਚਨ ਕਰਦੇ ਹੁੰਦੇ ਨੇ ਕਿ ਜਦੋਂ ਉਹਨਾਂ ਦੀ ਖੋਪੜੀ ਲਾਈ ਗਈ ਭਾਈ ਸਾਧੂ ਸਿੰਘ ਜੀ ਦੀ, ਤੇ ਉਹਨਾਂ ਨੂੰ ਦਰਦ ਨਾ ਹੋਈ? ਬੱਚਿਓ, ਬਸ ਇਹੀ ਹੁੰਦਾ ਹੈ ਕਿ ਜਿਹੜੇ ਪ੍ਰਭੂ ਦੇ ਵਿੱਚ ਜੁੜੇ ਹੁੰਦੇ ਨੇ ਨਾ, ਉਹਨਾਂ ਨੂੰ ਸਰੀਰ ਦੀ ਦਰਦ ਦਾ ਪਤਾ ਹੀ ਨਹੀਂ ਲੱਗਦਾ। ਉਹਨਾਂ ਦਾ ਧਿਆਨ ਤਾਂ ਸਰੀਰ ਵੱਲ ਹੁੰਦਾ ਹੀ ਨਹੀਂ। ਸਾਡਾ ਧਿਆਨ ਜਿੱਥੇ ਹੋਏਗਾ, ਸਾਡਾ ਸਾਨੂੰ ਪਤਾ ਤੇ ਉਸ ਚੀਜ਼ ਦਾ ਹੀ ਲੱਗੇਗਾ ਨਾ। ਕਈ ਵਾਰੀ ਬੱਚਿਓ ਇੰਜ ਹੁੰਦਾ ਨਾ ਕਿ ਅਸੀਂ ਆਪਣਾ ਧਿਆਨ ਬੜੇ ਧਿਆਨ ਨਾਲ ਬੈਠੇ, ਅਸੀਂ ਪੜ੍ਹਦੇ ਪਏ ਹਾਂ, ਕੋਈ ਸਾਨੂੰ ਆਵਾਜ਼ ਵੀ ਮਾਰੀ ਜਾਂਦਾ ਪਿਆ, ਕੋਈ ਆ ਕੇ ਸਾਨੂੰ ਹਿਲਾ ਵੀ ਦਿੰਦਾ ਹੈ, ਸਾਨੂੰ ਤਾਂ ਵੀ ਨਹੀਂ ਪਤਾ ਲੱਗਦਾ। ਕਿਉਂ? ਕਿਉਂਕਿ ਸਾਡੀ ਸਾਰਾ ਦਾ ਸਾਰਾ ਧਿਆਨ ਜਿਹੜਾ ਵੇ ਨਾ, ਉਹ ਆਪਣੀ ਪੜ੍ਹਾਈ ਵਾਲੇ ਪਾਸੇ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਸਾਡਾ ਧਿਆਨ ਗੁਰੂ ਜੀ ਵੱਲ ਹੋਏਗਾ ਨਾ, ਤਾਂ ਫੇਰ ਕੀ ਹੈ, ਸਾਡੇ ਸਰੀਰ ਨੂੰ ਜਿੰਨਾ ਮਰਜ਼ੀ ਕੋਈ ਔਖਾ ਕਰੀ ਜਾਏ, ਦੁਖੀ ਕਰੀ ਜਾਏ, ਸਾਡਾ ਸਰੀਰ ਦੁਖੀ ਨਹੀਂ ਹੁੰਦਾ। ਸੋ ਇਹਦੇ ਵਿੱਚ ਕੀ ਆ ਜਾਂਦਾ ਹੈ ਕਿ ਕਿਉਂਕਿ ਉਸ ਦੀ ਆਤਮਾ ਪਰਮ ਆਤਮਾ ਦੇ ਨਾਲ ਜੁੜੀ ਹੁੰਦੀ, ਇਸ ਕਰਕੇ ਮੌਤ ਉਹਨਾਂ ਨੂੰ ਔਖਾ ਨਹੀਂ ਕਰਦੀ। ਸੁਣਿਆ ਹੈ, ਉਹ ਨਾ ਸੱਚੇ ਕਾਲ ਨਾਨਕ ਭਗਤਾਂ ਸਦਾ ਵਿਗਾਹ। ਇਹ ਨਾਨਕ ਨਾਨਕ ਦੇਵ ਜੀ ਕੀ ਕਹਿੰਦੇ ਪਏ ਨੇ, ਭਗਤਾਂ ਜਿਹੜੇ ਭਗਤੀ ਕਰਦੇ ਹਨ, ਜਿਹੜਾ ਉਸ ਪਰਮ ਆਤਮਾ ਨੂੰ ਨਾਲ ਆਪਣੀ ਸਾਂਝ ਪ੍ਰਾਪਤ ਕਰ ਲੈਂਦਾ, ਉਹਦੇ ਨਾਲ ਆਪਣੀ ਮਿੱਤਰਤਾ ਪਾ ਲੈਂਦਾ। ਸਦਾ ਦਾ ਮਤਲਬ ਆ ਗਿਆ ਹਮੇਸ਼ਾ, ਤੇ ਵਿਗਾਸ ਦਾ ਮਤਲਬ ਕੀ ਹੈ, ਕਿਹੜੇ ਖੁਸ਼ੀ ਵਿੱਚ, ਸੁੱਖ ਵਿੱਚ। ਜਿਹੜੇ ਪ੍ਰਭੂ ਦਾ ਨਾਮ ਸੁਣਦੇ ਨੇ, ਉਹਨਾਂ ਨੂੰ ਕੀ ਹੁੰਦਾ ਵੇ, ਭਗਤਾਂ, ਉਹ ਭਗਤ, ਪਹਿਲੀ ਗੱਲ ਤੇ ਉਹ ਭਗਤ ਬਣ ਜਾਂਦੇ ਨੇ, ਦੂਜੀ ਗੱਲ ਕੀ ਇਹ ਹਮੇਸ਼ਾ ਖੇੜੇ ਵਿੱਚ ਰਹਿੰਦੇ ਹਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਸ ਪ੍ਰਭੂ ਦਾ ਨਾਮ ਸੁਣਨ ਦੇ ਨਾਲ, ਹੁਣ ਇੱਥੇ ਦੋ ਸ਼ਬਦ ਵਰਤੇ ਗਏ ਨੇ, ਇੱਕ ਦੁੱਖ ਤੇ ਇੱਕ ਪਾਪ। ਦੁੱਖ ਕੀ ਹੁੰਦਾ ਹੈ? ਦੁੱਖ ਹੁੰਦਾ ਹੈ ਸਰੀਰ ਦਾ ਦੁੱਖ ਜਾਂ ਮਨ ਦਾ ਦੁੱਖ। ਜਿਸ ਵੇਲੇ ਕਿਸੇ ਨੂੰ ਬੱਚੋ ਤੁਹਾਨੂੰ ਕਿਸੇ ਨੂੰ ਬੁਖਾਰ ਹੋਇਆ ਹੋਵੇ ਨਾ, ਤੇ ਤੁਹਾਡਾ ਸਰੀਰ ਬੜਾ ਦੁਖੀ ਹੁੰਦਾ ਹੈ, ਕਿਉਂਕਿ ਤੁਹਾਡੇ ਕੋਲੋਂ ਉੱਠਿਆ ਨਹੀਂ ਜਾਂਦਾ, ਤੁਹਾਡੀਆਂ ਲੱਤਾਂ ਦੁਖਦੀਆਂ ਨੇ, ਤੁਹਾਡਾ ਸਿਰ ਦੁਖਦਾ ਵੇ। ਤੇ ਦੂਜੇ ਪਾਸੇ ਕੀ ਹੁੰਦਾ ਹੈ ਕਿ ਜਦੋਂ ਤੁਹਾਨੂੰ ਕੋਈ ਇਹੋ ਜਿਹੀ ਗੱਲ ਕਹਿ ਦਿੰਦਾ ਹੈ ਜਿਹੜੀ ਕਿ ਤੁਹਾਨੂੰ ਚੰਗੀ ਨਹੀਂ ਲੱਗਦੀ, ਤੁਹਾਡਾ ਦੋਸਤ ਮਿੱਤਰ ਵੀ ਤੁਹਾਨੂੰ ਕੁਛ ਗੁੱਸੇ ਨਾਲ ਬੋਲਦਾ ਹੈ ਤੇ ਤੁਹਾਨੂੰ ਚੰਗਾ ਨਹੀਂ ਲੱਗਦਾ, ਤੇ ਤੁਸੀਂ ਘਰ ਆ ਕੇ ਆਪਣੇ ਮਦਰ ਨੂੰ ਕੀ ਕਹਿੰਦੇ ਹੋ, ਮੰਮਾ ਨੂੰ ਕੀ ਕਹਿੰਦੇ ਹੋ, ਮੰਮਾ ਅੱਜ ਮੈਨੂੰ ਬਹੁਤ ਬੁਰਾ ਲੱਗਿਆ। ਉਹ ਜਿਹੜਾ ਬੁਰਾ ਲੱਗਣਾ ਹੋਵੇ ਨਾ, ਉਹ ਮਨ ਦਾ ਦੁੱਖ ਹੋਵੇ। ਸੋ ਸਰੀਰ ਦਾ ਦੁੱਖ ਵੀ ਹੁੰਦਾ ਹੈ ਤੇ ਮਨ ਦਾ ਦੁੱਖ ਵੀ। ਸੁਣਿਆ ਦੁੱਖ, ਅਗਲਾ ਸ਼ਬਦ ਕੀ ਹੈ, ਪਾਪ। ਪਾਪ ਹੁੰਦਾ ਵੇ ਮਾੜੇ ਕੰਮ ਕਰਨਾ,
ਮਾੜੇ ਕੰਮ ਕਿਵੇਂ, ਜਿਵੇਂ ਕੋਈ ਝੂਠ ਬੋਲਣਾ, ਚੋਰੀ ਕਰਨਾ ਤੇ ਕਿਸੇ ਦਾ ਦਿਲ ਵੀ ਦੁਖਾਉਣਾ, ਇਹ ਵੀ ਇੱਕ ਪਾਪ ਹੁੰਦਾ ਹੈ। ਹੁਣ ਇੱਥੇ ਦੋ ਗੱਲਾਂ ਆ ਗਈਆਂ ਨਾ, ਜੇ ਮੈਂ ਕਿਸੇ ਦਾ ਦੁੱਖ ਦੁਖਾ ਰਹੀ ਹਾਂ, ਕਿਸੇ ਦਾ ਸੋਰੀ ਦਿਲ ਦੁਖਾ ਰਹੀ ਹਾਂ ਕੋਈ ਮਾੜੀ ਗੱਲ ਮੂੰਹੋਂ ਬੋਲ ਕੇ, ਤਾਂ ਇਹਦਾ ਮਤਲਬ ਹੈ ਕਿ ਮੈਂ ਪਾਪ ਕਰਦੀ ਹੋਈ ਹਾਂ। ਅਤੇ ਤੁਹਾਡਾ ਮਨ ਦੁਖਿਆ ਹੋਵੇ, ਉਹਦੇ ਨਾਲ ਤੁਸੀਂ ਕੀ ਹੁੰਦੇ ਪਏ ਹੋ, ਦੁਖੀ ਹੁੰਦੇ ਪਏ ਹੋ। ਤੋ ਇਹਦੇ ਵਿੱਚ ਕੀ ਆ ਗਿਆ ਕਿ ਦੁੱਖ ਹੋ ਗਿਆ ਜਦੋਂ ਸਾਡੇ ਮਨ ਜਾਂ ਸਰੀਰ ਨੂੰ ਕੋਈ ਤਕਲੀਫ ਪਹੁੰਚੇ, ਅਤੇ ਪਾਪ ਆ ਗਿਆ ਜਦੋਂ ਅਸੀਂ ਕੋਈ ਮਾੜਾ ਕੰਮ ਕਰੀਏ। ਤੋ ਸੁਣਿਆ, ਦੁੱਖ ਪਾਪ ਕਾ ਨਾਸ, ਨਾਸ ਦਾ ਮਤਲਬ ਕੀ ਹੈ, ਖਤਮ ਹੋ ਜਾਣਾ। ਉਸ ਪ੍ਰਭੂ ਦਾ ਨਾਮ ਸੁਣਨ ਦੇ ਨਾਲ, ਉਸ ਪ੍ਰਭੂ ਵਿੱਚ ਲਿਵ ਜੋੜਨ ਦੇ ਨਾਲ ਸਾਡੇ ਦੁੱਖਾਂ ਤੇ ਸਾਡੇ ਪਾਪਾਂ ਦੋਨਾਂ ਦਾ ਨਾਸ ਹੋ ਜਾਂਦਾ ਹੈ, ਦੋਨੋਂ ਖਤਮ ਹੋ ਜਾਂਦੇ ਨੇ। ਨਾ ਸਾਨੂੰ ਸਰੀਰਕ ਦੁੱਖ ਮਹਿਸੂਸ ਹੁੰਦਾ, ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਭਾਈ ਕਾਲੂ ਜੀ ਦੇ ਸਰੀਰ ਨੂੰ ਦੁੱਖ ਨਹੀਂ ਪਹੁੰਚਿਆ, ਕਿਉਂਕਿ ਉਹਨਾਂ ਨੇ ਆਪਣੇ ਅੰਦਰ ਹਿਰਦੇ ਵਿੱਚ ਪ੍ਰਭੂ ਦੇ ਨਾਮ ਨੂੰ ਵਸਾਇਆ ਹੋਇਆ ਸੀ, ਉਹਨੂੰ ਸੁਣਿਆ ਹੋਇਆ ਸੀ। ਮੈਂ ਸ਼ੁਰੂ ਵਿੱਚ ਤੁਹਾਨੂੰ ਦੱਸਿਆ ਸੀ ਨਾ ਕਿ ਸੁਣਨਾ ਤੇ ਲਿਸਨਿੰਗ ਤੇ ਹੀਅਰਿੰਗ ਦੇ ਵਿੱਚ ਫਰਕ ਹੁੰਦਾ ਹੈ। ਅਸੀਂ ਅਕਸਰ ਨਾ ਹੀਅਰਿੰਗ ਕਰਦੇ ਹਾਂ, ਅਸੀਂ ਬੈਠੇ ਹੁੰਦੇ ਹਾਂ ਚੌਂਕੜੀ ਮਾਰ ਕੇ, ਕੋਈ ਦੂਜਾ ਜਣਾ ਪਾਠ ਕਰਦਾ ਪਿਆ ਹੋਵੇ, ਸਾਡੇ ਕੰਨਾਂ ਤੱਕ ਆਵਾਜ਼ ਪਹੁੰਚੀ ਜਾਂਦੀ ਪਈ ਹੈ, ਸਾਨੂੰ ਲੱਗਦਾ ਹੈ ਕਿ ਅਸੀਂ ਪਾਠ ਸੁਣ ਲਿਆ ਹੋਵੇ, ਪਰ ਉਹ ਸੁਣਿਆ ਨਹੀਂ ਹੁੰਦਾ ਉੰਨੀ ਦੇਰ ਤੱਕ ਜਿੰਨੀ ਦੇਰ ਤੱਕ ਉਹ ਸਾਡੇ ਹਿਰਦੇ ਵਿੱਚ ਨਹੀਂ ਵਸਦਾ, ਜਿੰਨੀ ਦੇਰ ਤੱਕ ਸਾਡਾ ਸਾਰਾ ਧਿਆਨ ਉੱਥੇ ਨਹੀਂ ਹੁੰਦਾ। ਇਸ ਕਰਕੇ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਸੁਣ ਲਿਆ, ਉਹਨਾਂ ਦੇ ਦੁੱਖ ਵੀ ਖਤਮ ਹੋ ਗਏ ਅਤੇ ਉਹਨਾਂ ਦੇ ਪਾਪ ਵੀ ਖਤਮ ਹੋ ਗਏ। ਨਾ ਇਹ ਸੁਣਿਆ ਪਾਪ ਕੱਟੀ ਹੈ, ਪਾਪ ਕੱਟੇ ਜਾਂਦੇ ਨੇ, ਅਤੇ ਨਿਰਮਲ ਸੱਚ ਪਾਪ ਹੈ ਉਸ ਪ੍ਰਭੂ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਸੋ ਇਸ ਕਰਕੇ ਬੱਚਿਓ, ਇਹਦੇ ਇਹਨਾਂ ਅਖੀਰਲੀਆਂ ਦੋ ਤੁਕਾਂ ਵਿੱਚ ਸਾਨੂੰ ਗੁਰੂ ਜੀ ਨੇ ਦੱਸਿਆ ਵੀ ਹੈ ਕਿ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਨੂੰ ਸੁਣ ਲੈਂਦੇ ਨੇ, ਪ੍ਰਭੂ ਵਿੱਚ ਸੁਰਤੀ ਜੋੜ ਲੈਂਦੇ ਨੇ, ਉਹ ਭਗਤ ਬਣ ਜਾਂਦੇ ਨੇ ਅਤੇ ਉਹ ਹਮੇਸ਼ਾ ਖੁਸ਼ੀਆਂ ਵਿੱਚ ਰਹਿੰਦੇ ਨੇ, ਹਮੇਸ਼ਾ ਸੁੱਖ ਵਿੱਚ ਮਹਿਸੂਸ ਸੁੱਖ ਮਹਿਸੂਸ ਕਰਦੇ ਨੇ, ਅਤੇ ਉਹਨਾਂ ਦੇ ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਠੀਕ ਹੈ ਬੱਚਿਓ, ਹੁਣ ਵੈਸੇ ਤਾਂ ਨਾ ਜਿਹੜੀਆਂ ਚਾਰ ਪੌੜੀਆਂ ਨੇ ਨਾ ਸੁਣਿਆ ਵਾਲੀਆਂ, ਇਹਨਾਂ ਸਾਰਿਆਂ ਦੀਆਂ ਇਕੱਠੀ ਗੱਲ ਚੱਲੇਗੀ ਅੱਗੋਂ ਵੀ, ਪਰ ਜੇ ਆਪਾਂ ਅੱਜ ਦੀ ਪੌੜੀ ਦੀ ਪਹਿਲੀ ਗੱਲ ਅਸੀਂ ਸੁਣੀ ਹੈ ਤਾਂ ਉਹ ਕਿਹੜੀ ਆ ਜਾਂਦੀ ਹੈ ਕਿ ਸਾਰੀ ਇਸ ਪੌੜੀ ਦੇ ਵਿੱਚ ਸੁਣਿਆ ਵਾਲੀ ਵਿੱਚ ਸ਼ੁਰੂਆਤ ਕੀਤੀ ਗਈ ਹੈ ਕਿ ਹੇ ਪਰਮਾਤਮਾ ਤੂੰ ਮੈਨੂੰ ਭੁੱਲੀ ਨਾ, ਆਪਾਂ ਪੜ੍ਹਿਆ ਸੀ ਨਾ, ਸੋ ਮੈਂ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਉਹ ਮੈਨੂੰ ਭੁੱਲੇ ਨਾ। ਕਿਉਂ ਨਾ ਭੁੱਲੇ, ਉਹਨੂੰ ਯਾਦ ਕਰਨ ਦਾ ਅਤੇ ਉਹਦਾ ਉਹਦੇ ਵਿੱਚ ਆਪਣੀ ਸੁਰਤ ਜੋੜਨ ਦਾ ਜਿਹੜਾ ਸਾਡਾ ਸਾਨੂੰ ਫਾਇਦਾ ਕੀ ਹੁੰਦਾ ਵੇ। ਹੁਣ ਉਹਨਾਂ ਨੇ ਕਿਹਾ ਸੋ ਮੈਂ ਵਿਸਰ ਨਾ ਜਾਈ, ਉਹ ਕਿਵੇਂ ਨਾ ਵਿਸਰੇ, ਇਹਦਾ ਸਮਝ ਲਓ ਕਿ ਇੱਕ ਪਹਿਲਾ ਢੰਗ ਸਾਨੂੰ ਦੱਸਦੇ ਪਏ ਨੇ ਕਿ ਨਾਮ ਨੂੰ ਸੁਣਨਾ, ਅਕਾਲ ਪੁਰਖ ਦੇ ਵਿੱਚ ਆਪਣੀ ਸੁਰਤ ਨੂੰ ਜੋੜਨਾ। ਜੇ ਅਸੀਂ ਐਸਾ ਕਰਾਂਗੇ ਤਾਂ ਸਾਨੂੰ ਉਹ ਕਦੀ ਵੀ ਭੁੱਲੇ ਦਾ ਨਹੀਂ। ਇਸ ਕਰਕੇ ਅਸੀਂ ਪਹਿਲੀ ਗੱਲ ਇਹ ਕਰਨੀ ਹੈ ਕਿ ਅਸੀਂ ਸੁਣਨ ਦੀ ਜਾਚ ਸਿੱਖਣੀ ਹੈ, ਅਤੇ ਫਿਰ ਸਾਨੂੰ ਪੌੜੀ 'ਚ ਦੱਸਿਆ, ਅਗਲੀਆਂ ਪੌੜੀਆਂ ਵਿੱਚ ਵੀ ਸਾਨੂੰ ਇਹੀ ਸਾਰਾ ਦੱਸਣਗੇ ਕਿ ਸਾਨੂੰ ਸੁਣਨ ਦਾ ਫਲ ਕੀ ਮਿਲਦਾ ਹੈ। ਠੀਕ ਹੈ, ਸੋ ਇਸ ਪੌੜੀ ਦੇ ਵਿੱਚ ਸਾਨੂੰ ਗੁਰੂ ਜੀ ਨੇ ਇੱਕ ਤਾਂ ਇਹ ਕਿਹਾ ਵੀ ਕਿ ਅਸੀਂ ਸੁਣਨ ਦੀ ਜਾਚ ਸਿੱਖਣੀ ਹੈ, ਅਤੇ ਸੁਣਨ ਦਾ ਸਾਨੂੰ ਫਲ ਕੀ ਮਿਲਦਾ ਵੇ, ਅਸੀਂ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਸੋਝੀ ਹੋ ਜਾਂਦੀ ਹੈ, ਅਤੇ ਨਾਲ ਹੀ ਉਹ ਮਨੁੱਖ ਜਿਹੜਾ ਉਸ ਪ੍ਰਭੂ ਦਾ ਨਾਮ ਸੁਣ ਲੈਂਦਾ ਹੈ ਉਹ ਹਮੇਸ਼ਾ ਖੁਸ਼ੀਆਂ ਖੇੜਿਆਂ ਦੇ ਵਿੱਚ ਰਹਿੰਦਾ ਹੈ। ਇੱਕ ਵਾਰੀ ਫਿਰ ਮੈਂ ਇਸ ਸਾਰੀ ਪੌੜੀ ਦਾ ਪਾਠ ਕਰਦੀ ਹਾਂ ਤਾਂ ਕਿ ਆਪਾਂ ਨੂੰ ਦੁਬਾਰਾ ਸਾਰੀ ਗੱਲ ਸਮਝ ਲੱਗ ਜਾਏ, ਅਤੇ ਕੱਲ੍ਹ ਆਪਾਂ ਅਗਲੀ ਪੌੜੀ ਦਾ ਪਾਠ ਕਰਾਂਗੇ। ਤੋ ਸੁਣਿਆ ਸਿੱਧ ਪੀਰ ਸੁਰ ਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਕੋ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।